ਗੱਲਾਂ ਨਹੀਂ ਕਹਿ ਰਹੇ ਤੇਰੇ ਲਈ ਤੈਨੂੰ ਪਤਾ ਨਹੀਂ ਗੱਲ ਵਾਟ ਹੁਣ ਯਾਰ ਹੁਣ ਜਦੋਂ ਚੱਲੇ ਤਾਂ ਕਰਨ ਲੱਗੀ ਮਿਹਨਤਾਂ ਕਹਿੰਦੀ ਪਲੀਜ਼ ਨਾ ਜਾਇਓ ਪਲੀਜ਼ ਮੈਂ ਮਜ਼ਾਕ ਕਰਦੀ ਸੀ ਲੱਗੀ ਮਿਹਨਤਾਂ ਕਰਨ ਮਗਰੇ ਹੁਣੇ ਹੀ ਮੈਂ ਚੱਲਾ ਹੀ ਮੈਂ ਕਿਹਾ ਚੱਲ ਠੀਕ ਹੈ ਕਹਿੰਦੀ ਫਿਲਮ ਲਾਓ ਦੇਖਿਆ ਹੁਣ ਮੈਂ ਕਿਹਾ ਚੰਗਾ ਬਾਏ ਬਾਏ ਵੀ ਚੱਲੀਏ इतना बड़ा प्रैंक यार करन प्रैंक हो गया चल भाई मैं चला हूं मेहनत रही रोन फिर हाँ चल जाना फिर मैं की करूंगी आ चीज ऐदा हूं आप चले मत्था टेकन एक मिनट ਹੋਣਾ ਸੀ ਆਏ ਤਾਂ ਘਰ ਨੂੰ ਸੀ ਪਰ ਜੀ ਹੁਣ ਚੱਲਿਆ ਕਿੱਥੇ ਕਾਗੋ ਜੀ ਮੱਥਾ ਟੇਕਣ ਪਰ ਅਸੀਂ ਕਹਿੰਦਾ ਨਾਲੇ ਚੱਲਦੇ ਹਾਂ ਹੈਲੋ ਕਰ ਤੇ ਵੱਧ ਜਾਣਾ ਸਹੀ ਗੱਲ ਹੈ ਤੇ ਅਸੀਂ ਜਾਣੇ ਅੱਛਾ ਜੀ ਤੁਸੀਂ ਵੀ ਜਾਣੇ ਜਾਣੇ ਆ ਸੰਡੇ ਤੁਸੀਂ ਜਾਣੇ ਆ ਅੱਛਾ ਤੁਸੀਂ ਤਾਂ ਦੋਨੇ ਜਾਣੇ ਹੁੰਦੇ ਹੋ ਨਾ ਕਰ ਐਤ ਕਰ ਜਾਣੇ ਠੀਕ ਹੈ ਵਧੀਆ ਜਾਣਾ ਚਾਹੀਦਾ ਇਸ ਵਾਰ ਤੁਹਾਨੂੰ ਨਾਲ ਲੈ ਕੇ ਚੱਲੇ ਆ ਗਏ ਆ ਦੋ ਤਿੰਨ ਵਾਰ ਬੰਨੇ ਨਾਲ ਹਾਂ ਚਲ ਵਧੀਆ ਚਲੋ अब मजारी आ गए पहला भी मजारी मिले थी ना बन्ने मतलब देख के आगे भी जाओगी फिर रहना तो करना और मैं तो ही अन्ने कपड़े लेके आई मम्मी रहना है ना ले चलो सही है चलिए हम पहला दर्शन करिए ते कराइए ओ माय गॉड पवन ने कर लिया मम्मी इधर नु ओ कृपा मंडी कृपा मंडी कृपा अरे यार पवन कर लिया सेट दे सारे पवन सारे चलो भाई बाय 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 अरे यार कितने जने नु दित्ते हो तुसी कितने इन्ने पैसे तो है भी नहीं साडे कोल चंगा यार ए तू ही तंग कर दिता बंदे नु आए पने ने हाथ तो आया ना विच दीदी ने पेटीएम करा लो हुण यार अरे यार आ बंदा 50 दे दो 100 दे दो इन्ना तो पता भी नहीं 200 300 तेरे मैं ना लेना चलो जी फाइनली आप दर्शन कर लिया तो हम आप चले वापस घर नू मम्मी तो प्रिंसिपल मोरे गए हां मम्मी उन्हें उठे हाल्ट ते मथा टेक दंदे उठे मैंने एक जी पैसे दर्शन बढ़िया हो गए पर वो चीज कहते हैं न्याणी करते हैं वो न्याणी तो तुम पता बंदे कड़ा हट दे पर ने गोल गप्पे खा लमा मैं ना वो गड्डी दी ताकी बंद कर दंदे आ वो चीज गलत है पवन ने पानी पूरी ऐसा भी कर दो पैसे सिट्टे वो सिटने पेंदे वो उन्हें हट दे नहीं है जे फड़ाउने आ हाथों कौन नु फिरदे आ दर्शन हो गए चलो हम बस चलते माड़े मम्मी बिठा के तै कद सोचा मत्था टेकन आवे किस्मत नाल ही है यार खा ही लेना इधर आए थे रिश्तेदार के घर जाते जाते केंद्र की खबर लेके जानी है तो बस हूँ आप चले सीधे घर में तो पहला उधर मम्मी हूँ प्रिंस ही छड़ के फिर आप घर जाना है तो फिर आप जिते आप सही यात्रा से जाना है वो तैयारी करिए कल तो शुरू यार उसके समान काफ़ी लेना जी आप लग लगा चलिए फिर यार इधर हो कप्तान का भरा आया सकाश लगता देखने हाँ जी यार हूँ आप आए थे घर मम्मी तो प्रिंस नू छड़ दिता तो हूँ आप निकल लगे हैं क्योंकि लेट हो गए आप 4:30 हो गए तो मैं जाके जे कप्तान भी घुमा
ਤੇ ਪੈਕਿੰਗ ਵਗੈਰਾ ਵੀ ਦੇਖਣੀ ਹੈ ਕਰ ਜਾਏ ਕੀ ਬਣਦਾ ਤੇ ਫਾਈਨਲੀ ਹਜੇ ਕੰਮ ਬਹੁਤ ਆ ਜਾ ਕੇ ਹਜੇ ਮੈਂ ਜਾ ਕੇ ਕਟਿੰਗ ਵਗੈਰਾ ਕਰਾਉਣੀ ਹੈ ਕਿਉਂਕਿ ਆਪਣੇ ਕੋਲ ਸਿਰਫ 2 ਦਿਨ ਰਹਿ ਗਏ 19 ਤਰੀਕ ਸ਼ਾਇਦ ਹੋ ਗਈ ਆ ਤੇ ਆਪਾਂ 2 ਦਿਨਾਂ ਦੇ ਵਿੱਚ ਵਿੱਚ ਨਿਕਲ ਜਾਣਾ ਹੈ ਯਾਤਰਾ ਤੇ ਉਹਦੇ ਲਈ ਪੈਕਿੰਗ ਵੀ ਕਰਨੀ ਆ ਤੇ ਸਮਾਨ ਵੀ ਲੈਣਾ ਤੁਹਾਨੂੰ ਦੱਸਿਆ ਸੀਗਾ ਮੈਂ ਤੇ ਬਾਕੀ ਕਹਿਣ ਨੂੰ ਨਹੀਂ ਤਾਂ ਸਵੇਰੇ ਚਲੋ ਪ੍ਰੈਂਕ ਸੂਈ ਦੇ ਤੇ ਬਾਕੀ ਵਲੌਗ ਹੁਣ ਆਪਾਂ ਜਾਂਦੇ ਜਾਂਦੇ ਕੰਟੀਨਿਊ ਕਰਦੇ ਹਾਂ ਜੀ ਚੰਗਾ ਸੋ ਹੁਣ ਆਪਾਂ ਚੱਲੇ ਪਾਲੇ ਘਰ ਨੂੰ ਕਿਉਂ ਪਾਏ ਹੈਲੋ ਹਾਂ ਪਵਨ ਤੇ ਪ੍ਰੈਂਕ ਜਾਣ ਦੇ ਪਵਨ ਦੀ ਜਾਨ ਵਿਚਾਰੇ ਦੀ ਨਿਕਲੀ ਪਈ ਸੀ ਲੈ ਲੈ ਓ ਵਿਚਾਰਾ ਕਹਿੰਦਾ ਹੁਣ ਹਾਏ ਮੈਂ ਰੋਟੀ ਕਿੱਦਾਂ ਖਾਵਾਂਗਾ ਆਪਾਂ ਕੇ ਹਾਏ ਰੱਬਾ ਠੀਕ ਠਾਕ ਥਾ ਯਾਰ ਸ਼ੂਟ ਕਰਨਾ ਸੀ ਮੈਂ ਤੈਨੂੰ ਕਹਿੰਦਾ ਗੱਲ ਇਦਾਂ ਦੀ ਜੇ ਤੂੰ ਰਹਿ ਵੀ ਲੈਂਦੇ ਤੇ ਮੈਨੂੰ ਪਤਾ ਸੀ ਕੱਲ ਤੇਰਾ ਫੋਨ ਆਇਆ ਮੈਂ ਇਦਾਂ ਨਾ ਆ ਗਿਆ ਫੋਨ ਦੱਸਦੀ ਮੈਂ ਕੱਪੜੇ ਲੈ ਗਈ ਸੀ ਨਾ ਮੈਂ ਕਿਸੇ ਦੇਣ ਨੂੰ ਕੱਪੜੇ ਸੀਗੇ ਸੂਟ ਪਿਛਲੇ ਸਾਲ ਵਾਲੇ ਮੈਂ ਕਿਹਾ ਚੱਲ ਕਿਸੇ ਦੇ ਕੰਮ ਆ ਜੂਗੇ ਮੈਂ ਉਹ ਲੈ ਗਈ ਕੋਈ ਗੱਲ ਨਹੀਂ ਯਾਰ ਤੂੰ ਲਫਾਫੇ ਭਰ ਕੇ ਪਾਉਣਾ ਕਹਿੰਦਾ ਮਹੀਨਾ ਇੱਕ ਨਹੀਂ ਹੋਣਾ ਇਹਨੇ ਲੱਗਦਾ ਮਹੀਨਾ ਰਹਿ ਗਿਆ ਮੈਨੂੰ ਘਰ ਚੱਲੀਏ 5-7 ਮਿੰਟ ਚ ਘਰ ਪਹੁੰਚ ਜਾਣਾ ਡਰ ਗਿਆ ਸੀ ਬਹੁਤ ਸੀ ਚਲੋ ਠੀਕ ਆ ਆਪਾਂ ਘਰ ਜਾ ਕੇ ਬਾਕੀ ਵਲੌਗ ਆਂਟੀ ਨੂੰ ਕਹਿੰਦੇ ਮੰਮੀ ਉਹਨਾਂ ਨੂੰ ਵੀ ਸਰਪ੍ਰਾਈਜ਼ ਮੰਮੀ ਨੂੰ ਪਤਾ ਆ ਸੋਰੀ ਡੈਡੀ ਨੂੰ ਨਹੀਂ ਪਤਾ ਡੈਡੀ ਕਹਿੰਦਾ ਜੇ ਰਹਿ ਕੇ ਆਉਂਗੀ ਮੇਰਾ ਜੇ ਰਹਿ ਕੇ ਆਉਂਗੀ ਦੇਗਾ ਤਾਂ ਹੀ ਯਾਦ ਕਰਾਂਗੇ ਕੰਮ ਕਰਕੇ ਤੇ ਹਮੇਸ਼ਾ ਮੰਮੀ ਨੂੰ ਪਤਾ ਮੰਮੀ ਨੂੰ ਪਤਾ ਮੈਂ ਤਾਂ ਮੰਮੀ ਦਾ ਸੂਟ ਨਹੀਂ ਕੱਟੇ ਅੱਛਾ ਚਲੋ ਸਹੀ ਆ ਓਕੇ ਫਾਈਨਲੀ ਅਸੀਂ ਘਰੇ ਆ ਗਏ ਉਹ ਅੱਜ ਸਵੇਰ ਤੋਂ ਗੁਰਦੁਆਰੇ ਘੁੰਮ ਘੁੰਮ ਕੇ ਥੱਕੀ ਨਹੀਂ ਤੂੰ ਹੁਣ ਤੁਸੀਂ ਜੋਤ ਕਰ ਲੱਗੇ ਵੀ ਚਲੋ ਕਰ ਲਓ ਮੈਂ ਸ਼ੂ ਪਾ ਕੇ ਆ ਗਿਆ ਹੋਰ ਵੀ ਪਤਾ ਠੀਕ ਠਾਕ ਠੀਕ ਠਾਕ ਚੱਲ ਜਾ ਫਿਰ ਜੋਤ ਕਰਾ ਮੰਮੀ ਨਾ ਵੈਸੇ ਤਾਂ ਮੰਮੀ ਇਕੱਲੇ ਜੋਤ ਕਰ ਸਕਦੇ ਆ ਬੱਤੀ ਕੇ ਬੱਤੀ ਲਾਉਣੀ ਇਹਨੇ ਕਿ ਆਪੇ ਲਾਉਣੀ ਚਲੋ ਫਿਰ ਚਲੋ ਹਾਂ ਸੂਟ ਜ਼ਿਆਦਾ ਜ਼ਰੂਰੀ ਆ ਅਤੇ ਆਪਾਂ ਹੁਣ ਚੱਲੀਏ ਮਾੜੇ ਬਾਹਰ ਘੁੰਮ ਆਈਏ ਯਾਰ ਮੇਰੇ ਨਾ ਫਰੈਂਡ ਇੱਕ ਦੋ ਜਾਣੇ ਚੰਡੀਗੜ੍ਹ ਚਲੇ ਗਏ ਉਹ ਚੰਡੀਗੜ੍ਹ ਰਹਿੰਦੇ ਆ ਅਤੇ ਹੁਣ ਤਾਂ ਕਰਕੇ ਉਹਨਾਂ ਕੋਲ ਜਾਣਾ ਹੁੰਦਾ ਹੁਣ ਯਾਰ ਉਹ ਨਹੀਂ ਵਿਹਲੇ ਇੱਕ ਹੈਗਾ ਸਰਕਾਰੀ ਨੌਕਰੀ ਵਾਲਾ ਸਰਕਾਰੀ ਨੌਕਰੀ ਤੋਂ ਵੀ ਦੂਏ ਦਿਨ ਉਹਦਾ ਮੁੜ ਕੇ ਆਇਆ ਯਾਰ ਹੁਣ ਹੀ ਰਹਿ ਗਿਆ ਇਕੱਲੇ ਹੀ ਕਹਿੰਦਾ ਕੋਈ ਨਹੀਂ ਬੈਠੋ ਆਰਾਮ ਕਰੋ ਵਿਛੋੜਾ ਪੈ ਗਿਆ ਯਾਰਾਂ ਨਾਲ ਇੱਧਰ ਕਪਤਾਨ ਮੇਰੇ ਵਾਂਗੂ ਵਿਚਾਰਾ ਇਕੱਲਾ ਹੈ ਵੀ ਹੋਰ ਵੇ ਉਸਤਾਦ ਜੀ ਤੂੰ ਵੀ ਇਕੱਲਾ ਹੀ ਆ ਮੈਂ ਵੀ ਇਕੱਲਾ ਹੀ ਹਾਂ ਚੱਲ ਆ ਜਾ ਗੇੜੀ ਮਾਰੀ ਆਈ ਆ ਜਾ ਅਤੇ ਬਾਕੀ ਸਭ ਵਧੀਆ ਹੋਰ ਫਿਰ ਕਿੱਦਾਂ ਰਿਹਾ ਅੱਜ ਘਰੇ ਜਾ ਕੇ ਤਿੰਦਰ ਹੈਂ ਇੰਨਾ ਚਾਹ ਕਾਹਤੇ ਅੰਦਰ ਜਾਣਾ ਸ਼ੁਕਰ ਮੈਂ ਕਹਿੰਦਾ ਅਜੇ ਵੀ ਕਹਿਣ ਲੱਗੀ 10 ਮਿੰਟ ਲੱਗ ਜਾਣੇ ਹਜੇ ਮੈਨੂੰ ਤੇ ਅਸੀਂ ਬਸ ਰੈਡੀ ਹੋਏ ਤੇ ਆਪਾਂ ਚੱਲੇ ਹੈਗੇ ਜਲੰਧਰ ਜਲੰਧਰ ਸਾਨੂੰ ਕੀ ਕੰਮ ਆ ਤੁਹਾਨੂੰ ਜਾ ਕੇ ਉੱਥੇ ਪਤਾ ਲੱਗੂਗਾ ਕਿਰਨ ਨੂੰ ਹੋਰ ਕੰਮ ਆ ਮੈਨੂੰ ਹੋਰ ਕੰਮ ਆ ਤੇ ਉੱਥੇ ਜਾ ਕੇ ਫਿਰ ਕੰਮ ਬਲੌਗ ਬਲੂਗ ਬਣਾ ਕੇ ਫਿਰ ਮਿਲਦੇ ਹਾਂ ਤੇ ਚੰਗਾ ਫਿਰ ਮੰਮੀ ਮੰਮੀ ਦਾ ਹੱਥ ਅੱਗੇ ਨਾਲੋਂ ਹੁਣ ਠੀਕ ਆ ਠੀਕ ਹੈ ਅਤੇ ਮੰਮੀ ਦਾ ਹੱਥ ਹੁਣ ਠੀਕ ਆ ਅਤੇ ਬਸ ਥੋੜ੍ਹਾ ਜਿਹਾ ਪੱਟੀ ਬੰਨ ਲੈਂਦੇ ਜਿਹੜਾ ਸੀ ਉਹਨੇ ਹੀਟ ਪੈਡ ਲੈ ਕੇ ਆਏ ਸੀਗੇ ਉਹਦੇ ਨਾਲ ਬਹੁਤ ਛੇਤੀ ਆਰਾਮ ਆਇਆ ਯਾਰ ਜੇ ਕਿਸੇ ਦੇ ਕੋਈ ਇੱਦਾਂ ਦੀ ਪ੍ਰੋਬਲਮ ਹੁੰਦੀ ਆ ਤਾਂ ਉਹ ਹੀਟ ਪੈਡ ਜ਼ਰੂਰ ਯੂਜ਼ ਕਰਿਓ ਵਧੀਆ ਚੀਜ਼ ਆ ਰਿਜ਼ਲਟ ਬਹੁਤ ਵਧੀਆ ਉਹਦਾ ਜਿਹੜਾ ਗਰਮ ਪੱਟੀ ਬੰਨਣੀ ਉਹਨਾਂ ਨਾਲੋਂ ਵੀ ਜ਼ਿਆਦਾ ਵਧੀਆ ਰਿਜ਼ਲਟ ਆ ਉਹਦਾ
ਗੱਡੀ ਸਟਾਰਟ ਕਾਫੀ ਉਹਨਾਂ ਦਾ ਕੰਮ ਇਹਦੇ ਯਾਦ ਹੋਣੇ ਕੀ ਸੀਗੇ ਇੱਕ ਤਾਂ ਵਿੱਚ ਇਹਦੇ ਪੇਂਟ ਕਰਾਉਣਾ ਆ ਉਹ ਵਾਲਾ ਅਤੇ ਇਹਦੇ ਸੀਟ ਕਵਰ ਵਗੈਰਾ ਚੇਂਜ ਹੁਣ ਤੁਹਾਨੂੰ ਦੱਸਿਆ ਸੀਗਾ ਉਦਣ ਆਪਾਂ ਅਤੇ ਇੱਕ ਜਿਹੜਾ ਸ਼ੀਸ਼ਾ ਆਪਾਂ ਟੁੱਟਿਆ ਉੱਥੋਂ ਅਤੇ ਉਹ ਵਾਲਾ ਕੰਮ ਆ ਹੋਰ ਇੱਕ ਦੋ ਕੰਮ ਜਿਹੜੇ ਹੋਏ ਉਹ ਤੁਹਾਨੂੰ ਇਹ ਟਾਈਮ ਦੱਸਾਂਗੇ ਇਹਦੇ ਕਿਹੜੇ ਕਿਹੜੇ ਆ ਆਹ ਚੀਜ਼ਾਂ ਦੋ ਚਾਰ ਕੰਮ ਹੈਗੇ ਆ ਜਿਹਦੇ ਸਾਰੇ ਕੰਮ ਕਰਾਉਣੇ ਉਹਨੇ ਕਿਉਂਕਿ ਮੰਡੇ ਤੱਕ ਆਪਾਂ ਟਾਈਮ ਦਿੱਤਾ ਸੀਗਾ ਮੰਡੇ ਤੱਕ ਇਹਦੀ ਬੁਕਿੰਗ ਸੀ ਸੀਟਾਂ ਦੀ ਅਤੇ ਵੀ ਮਤਲਬ ਉਹ ਰੈਡੀ ਹੋ ਜਾਣੇ ਆ ਮੰਡੇ ਆਏ ਕਰਾ ਜਾਇਓ ਆਹ ਚੀਜ਼ ਆ चलो ठीक है बाकी आप पहुंच के फिर बाकी व्लॉग कंटिन्यू करते हैं आई विल व्लॉग टू चलो ठीक है अपने हाल कितना बढ़िया मौसम सीगा धूप निकली हुई सी क्लियर सी सारा अच्छे देखो ਬਰਾਂ ਬੁਰੀ ਤਾਂ ਹੁੰਦੇ ਆ ਪਰ ਉਦਾਂ ਕਹਿੰਦੇ ਸੋਚਣ ਵਾਲੀ ਗੱਲ ਆ ਦੇਖ ਲਾ ਠੰਡ ਪਈ ਨਹੀਂ ਪੂਰਾ ਮਹੀਨਾ ਇੱਥੇ ਨੰਗਿਆ ਸਾਹਿਬਜ਼ਾਦੇ ਸ਼ਹੀਦ ਦਿਨ ਸੀ ਠੰਡ ਪੈਣੀ ਆ ਇਹ ਦੇਖ ਲਾ ਆਪਾਂ ਕਹਿੰਦੇ ਹੈਗੇ ਮੈਨੂੰ ਪਤਾ ਹੀ ਮੈਂ ਕੁਦਰਤੀ ਤੇ ਆਪ ਵੀਡੀਓਜ਼ ਪਾਉਣੀਆਂ ਆ ਉਹ ਆਪਾਂ ਹੁਣ ਜਿੱਥੇ ਆਪਾਂ ਜਾਣਾ ਆ ਤੇ ਆਪਾਂ ਮਤਲਬ ਯਾਤਰਾ ਦੀਆਂ ਹੀ ਪਾਉਣੀਆਂ ਆ ਦੋ ਦਿਨ ਪਵੇ ਤਿੰਨ ਦਿਨ ਨਾ ਪਵੇ ਤਾਂ ਕੁਝ ਨਹੀਂ ਪਤਾ ਜੀ ਬਲੌਗ ਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜਿਹੜੀ ਸ਼ਹਾਦਤ ਦਿੱਤੀ ਸੀਗੀ ਸਾਹਿਬਜ਼ਾਦਿਆਂ ਨੇ ਉਹ ਵਾਲੇ ਦਿਨ ਸਟਾਰਟ ਹੋ ਗਿਆ ਤੇ ਸਾਰੇ ਜਣੇ ਜਿੰਨਾ ਹੋ ਸਕਿਆ ਉਹਨਾਂ ਨਾਮ ਜਪਿਓ ਵਾਹਿਗੁਰੂ ਜੀ ਦਾ ਚਲੋ ਠੀਕ ਆ ਹੁਣ ਇਥੋਂ ਨਿਕਲੀਏ ਪਹਿਲਾਂ ਇਧਰ ਤਾਂ ਉਹ ਵੀ ਹੈਗੇ ਯਾਰ ਕੀ ਫਾਸਟ ਹੈ ਨਾ ਆਪਾਂ ਜਦੋਂ ਉਧਰ ਦਸੂਆ ਸਾਈਡ ਜਾਂਦੇ ਆ ਉਧਰ ਤਾਂ ਫਾਸਟ ਹੈ ਨਹੀਂ ਉਧਰ ਦਸੂਏ ਟੋਲ ਪਲਾਜ਼ੇ ਬੰਦ ਕਰਾਤੇ ਦੋ ਤਿੰਨ ਹਾਂ ਕਿਸਾਨ ਯੂਨੀਅਨ ਨੇ ਉਧਰੋਂ ਕਾਫੀ ਲੜਾਈ ਹੋਈ ਉੱਥੇ ਬਹੁਤ ਲੜਾਈ ਚਾਹੀਦੇ ਆ ਬਟ ਇੰਨੇ ਜ਼ਿਆਦਾ ਨਹੀਂ ਚਾਹੀਦੇ ਹਨਾ ਉਹ ਟੋਲ ਪਲਾਜ਼ੇ ਬਹੁਤ ਟਾਈਮ ਦੇ ਕਹਿੰਦੇ ਟਾਈਮ ਪੂਰਾ ਹੋਇਆ ਸੀ ਉਹਨਾਂ ਦਾ ਬਟ ਮਤਲਬ ਹੈਗਾ ਉਹ ਹੈਗੀਆਂ ਤੇ ਇਹ ਚੀਜ਼ਾਂ ਮਤਲਬ ਉਹਦੇ ਲਈ ਆ ਕਿ ਮਤਲਬ ਸਰਵਿਸਿਸ ਹੁੰਦੀਆਂ ਰਹਿੰਦੀਆਂ ਆ ਟਾਈਮ ਟੂ ਟਾਈਮ ਹਨਾ ਆਹੋ ਜਿਹੜੇ ਇੰਦਾ ਹੁੰਦਾ ਜਿਹੜੇ ਇੱਕ ਕੰਪਨੀ ਰੋਡ ਹੀ ਬਣਾਉਂਦੀ ਆ ਨਾ ਹਾਂ ਉਹਨਾਂ ਦਾ ਕੰਟਰੈਕਟ ਕੁਝ 5 ਸਾਲ ਦਾ 10 ਸਾਲ ਦਾ ਕੰਟਰੈਕਟ ਹੁੰਦਾ ਵੀ ਇੰਨਾ ਟਾਈਮ ਸਾਡਾ ਟੋਲ ਚੱਲੂਗਾ ਇੱਥੇ ਉਹਦੀ ਇਨਕਮ ਨਹੀਂ ਜਾਂਦੀ ਹੁੰਦੀ ਜਿਹੜੀ ਕੰਪਨੀ ਜਾਣਾ ਨਹੀਂ ਚਾਹੀਦੇ ਹੈਗੇ ਟੋਲ ਚਾਹੀਦੇ ਬਟ ਇਦਾਂ ਥੋੜਾ ਵੀ ਹੁਣ ਇੱਕ ਸ਼ਹਿਰ ਤੋਂ ਨਿਕਲੇ ਮਗਰ ਫੇਰ ਦੁਬਾਰਾ ਉਹ ਚੀਜ਼ ਉਹ ਗਲਤ ਤੇ ਉਹ ਟੋਲ ਦੋ ਦਿਨ ਬੰਦ ਹੋ ਗਿਆ ਉਧਰ ਵਧੀਆ ਹੋਇਆ ਬਾਕੀ ਜਿਹੜਾ ਜਲੰਧਰ ਦੇ ਵਿੱਚ ਹੋਇਆ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਹੋਇਆ ਤਾਂ ਚਲੋ ਬਹੁਤ ਜ਼ਿਆਦਾ ਮਾੜਾ ਆ ਪਰ ਬਹੁਤ ਜ਼ਿਆਦਾ ਮਾੜਾ ਹੈ ਸਹੀ ਆ ਕਿ ਹਾਂ ਚਲੋ ਹੁਣ ਲੇਟ ਸਹੀ ਬਟ ਉਹਨਾਂ ਨੂੰ ਘਰ ਮਿਲੂਗੇ ਹਨਾ ਬਣਾ ਕੇ ਦੇਣਗੇ ਹਾਂ ਹੁਣ ਕੁਝ ਇਦਾਂ ਰੂਲ ਹੋਇਆ ਵੀ ਹਾਂ ਤੂੰ ਜਾਂਦੀ ਉਹਨਾਂ ਨੂੰ ਥਾਂ ਦੇਣਾ ਹੁਣ ਰਹਿ ਪਰਮਾਤਮਾ ਇਦਾਂ ਕਿਸੇ ਨਾਲ ਨਾ ਕਰੇ ਕਿਸੇ ਤੋਂ ਛੱਤ ਖੋਲਵੇ ਹਨਾ ਚਲੋ ਬਾਕੀ ਵਾਹਿਗੁਰੂ ਨੇ ਆਪੇ ਸਾਰਾ ਕੁਝ ਸੋਚਿਆ ਹੀ ਹੁੰਦਾ ਆ ਜੋ ਹੁੰਦਾ ਆ ਕਈ ਵਾਰ ਉਸ ਚੀਜ਼ 'ਚ ਕੋਈ ਭਲਾ ਹੀ ਹੁੰਦਾ ਹਨਾ ਕਿਉਂਕਿ ਅੱਜ ਨਹੀਂ ਤਾਂ ਕੱਲ ਨੂੰ ਕੀ ਪਤਾ ਕੱਲ ਨੂੰ ਕਿਹੜੇ ਵੇਲੇ ਉਹਨਾਂ ਨੇ ਕਹਿ ਦੇਣਾ ਸੀਗਾ ਖਾਲੀ ਕਰੋ ਜਾਂ ਕੁਛ ਜਾਂ ਹਨਾ ਜਿਹੜੀ ਚੀਜ਼ ਸਰਕਾਰ ਦੀ ਹੈ ਉਹ ਸਰਕਾਰ ਨੇ ਲੈਣੀ ਹੈ ਬੇਸ਼ੱਕ ਅੱਜ ਲੈਣ ਬੇਸ਼ੱਕ 10 ਸਾਲ ਬਾਅਦ ਲੈਣ ਬੇਸ਼ੱਕ 15 ਨੂੰ ਬੇਸ਼ੱਕ 100 ਸਾਲ ਬਾਅਦ ਲੈਣ ਉਹ ਸਰਕਾਰ ਦੀ ਹੈ ਸਰਕਾਰ ਦੇ ਨਾਂ ਤੇ ਰਹਿਣੀ ਇਹ ਸਰਕਾਰ ਦੀ ਗਲਤੀ ਸੀਗੀ ਵੀ ਉਹਨਾਂ ਨੂੰ ਪਹਿਲਾਂ ਟਾਈਮ ਦੇਣਾ ਚਾਹੀਦਾ ਸੀਗਾ ਤੁਹਾਡੇ ਕੋਲ ਇੰਨਾ ਟਾਈਮ ਆ ਇੰਨੇ ਟਾਈਮ 'ਚ ਜਾ ਉਹਨਾਂ ਨੂੰ ਕੋਈ ਕੁਆਟਰ ਲੈ ਕੇ ਦਿੰਦੇ ਜਾਂ ਕੋਈ ਲੈ ਕੇ ਦਿੰਦੇ ਫਲੈਟ ਲੈ ਕੇ ਦਿੰਦੇ ਸਰਕਾਰ ਨੇ ਨਹੀਂ ਕੀਤਾ ਇਹ ਕੋਰਟ ਦੇ ਸੀਗੇ ਆਰਡਰ ਕੋਰਟ ਨੇ ਆਰਡਰ ਦੇਣਾ ਹੈ ਵੀ ਜਿਹੜਾ ਸਰਕਾਰ ਦੀ ਜ਼ਮੀਨ ਆ ਉਹ ਕੋਰਟ ਦੇ ਆਰਡਰ ਮੰਨਿਆ ਪਿਆ ਜੀ ਜਿੱਥੇ ਆ ਕਰੋ ਆ ਰੋਡ ਬਣਾਓ ਜਾਂ ਕੁਝ ਵੀ ਕਰੋ ਚਲੋ ਬਾਕੀ ਜੋ ਵੀ ਆ ਪਰਮਾਤਮਾ ਨੇ ਸਾਰਾ ਕੁਝ ਸੋਚਿਆ ਹੁੰਦਾ ਆਪਣੇ ਹੱਥ ਕੁਝ ਨਹੀਂ ਹੈਗਾ ਹੈਲੋ ਤੇ ਫਾਈਨਲੀ ਆਪਾਂ ਪਹੁੰਚ ਗਏ ਆ ਪਹਿਲਾਂ ਸਨੇਹਾ
ਤੈਨੂੰ ਪਤਾ ਲੱਗ ਗਿਆ ਫੈਰੀ ਨੂੰ ਪਤਾ ਲੱਗ ਗਿਆ ਕਿੱਦਾਂ ਵਧੀਆ ਅੱਜ ਸ਼ੁਕਰ ਆ ਕਿਤੇ ਕਰਨ ਨਾਲ ਖੇਡਣ ਲੱਗਾ ਵੀ ਕਹਿੰਦੇ ਤਾਂ ਕੁਝ ਨਹੀਂ ਪਤਾ ਤੈਨੂੰ ਮੈਂ ਦੱਸਾਂ ਥੋੜੇ ਕਿ ਟਾਈਮ ਤੇ ਰੌਲਾ ਪਾਉਂਗੀ ਲਾ ਕੇ ਦੇ ਕਹਿੰਦਾ ਨਿਕਲ ਗਿਆ ਲੈ ਜਾਣਾ ਚੱਕ ਕੇ ਨੇ ਚੱਲਾ ਲੈ ਕੇ ਬਾਹਰ ਨਾ ਪੈਰ ਮਾਰ ਪਿਛਲੀ ਵਾਰ ਤਾਂ ਹੱਥ ਖਾਧਾ ਸੀ ਕਿਸੇ ਨੇ ਪੈਰੇ ਖਾ ਜਾਣਾ ਪੂਰਾ ਆਹ ਚੀਜ਼ ਆ ਤੇ ਆਪਾਂ ਹੁਣ ਆ ਗਏ ਸੀਗੇ ਤੇ ਹੁਣ ਆਪਾਂ ਜਾਣਾ ਕਿੱਥੇ ਕੁਲਚਾ ਲੈਣ ਸ਼ਾਇਦ ਕੁਲਚਾ ਲੈਣ ਜਾਣਾ ਗਿਆ ਤੁਸੀਂ ਆਪਾਂ ਖੜ ਜਾਣਾ ਨਾ ਜਿਹਾ ਉਹ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਜਾਣਾ ਆਪਣਾ ਕੰਮ ਜਿਹਾ ਕਰਾਉਣ ਗੱਡੀ ਦਾ ਤੇ ਕਿਰਨ ਨੇ ਨੀਨੂ ਲਵਾਉਣੇ ਨਹੀਂ ਇੱਥੇ ਲੋਕਲੀ ਹੈ ਕਿਤੇ ਲੱਗ ਗਈ ਆ ਇੱਥੇ ਕਿਤੇ ਆ ਚਲੋ ਸਹੀ ਆ ਤੇ ਫਿਰ ਬਾਕੀ ਵਲੋਗ ਰੋਕ ਕੇ ਕੰਟੀਨਿਊ ਕਰਦੇ ਹਾਂ ਵਲੋਗ ਤੇ ਅਸੀਂ ਫਾਈਨਲੀ ਰੈਡੀ ਸਟੈਡੀ ਕਿੱਧਰ ਕਿੱਦਾਂ ਫੇ ਤੋ ਹੋਰ ਨਹੀਂ ਪੈਣ ਦੋ ਤਿੰਨ ਕੋਟੀਆਂ ਮਿਲੀਆਂ ਉਹ ਵੀ ਪਾ ਲਾ ਬੁਰੇ ਠੰਡ ਬਹੁਤ ਧੁੰਦ ਪਈ ਆ ਪਤਾ ਨਹੀਂ ਹੁੰਦਾ ਬੰਦੇ ਨੂੰ ਠੀਕ ਆ ਇੰਨੀ ਧੁੱਪ ਦੇ ਵਿੱਚ ਲੋਕੀ ਕੋਟੀਆਂ ਲਾ ਲਾ ਸਿੱਟਣ ਲੱਗ ਜਾਂਦੇ ਤੂੰ ਪਾ ਲਈਆਂ ਹੈ ਚੱਲ ਚੱਕ ਗੱਡੀ ਫਿਰ ਚਲੋ ਅਸੀਂ ਇੱਧਰ ਜਾਣਾ ਚੱਲ ਇਕੱਲੀ ਨਹੀਂ ਆਉਣਾ ਤੈਂ ਆ ਜਾ ਫਿਰ ਆ ਜਾ ਓਕੇ ਤੇ ਆਹ ਦੇਖੋ ਇੱਧਰ ਓਏ ਆਈ ਕੀਤਾ ਆਈ ਕੀਤਾ ਓਏ ਤੂੰ ਇੱਧਰ ਹੁਣ ਗੱਡੀ ਚਲਾਉਣੀ ਆ ਨਹੀਂ ਇਕੱਲੀ ਨਹੀਂ ਮੱਤ ਫੜੇ ਆ ਅੱਛਾ ਕਰ ਦਿੱਤਾ ਕੰਮ ਆ ਜੀ ਚਲੋ ਤੇ ਹੁਣ ਫਾਈਨਲੀ ਆਪਾਂ ਚੱਲੇ ਆ ਗਏ ਕੁਲਚਾ ਲੈਣ ਉਧਰੋਂ ਕੁਲਚਾ ਕਲਚਾ ਖਾ ਕੇ ਸਵੀਰ ਕਰਦੇ ਅੱਗੇ ਬਲੋਗ ਗੱਡੀ ਦੋ ਗੱਡੀਆਂ ਸਟਾਰ ਚੱਕੀਆਂ ਆ ਕਿਉਂਕਿ ਕਿਰਨ ਹੁਣੀ ਮਾਡਲ ਟਾਊਨ ਚ ਰੁਕ ਜਾਣੇ ਉਹਨੂੰ ਉੱਥੇ ਕੰਮ ਆ ਤੇ ਮੈਨੂੰ ਕੰਮ ਹੈਗਾ ਆ ਉਧਰ ਆਪਣੇ ਗੱਡੀ ਦਾ ਉਧਰ ਜਾਣਾ ਆ ਤੇ ਉਧਰ ਮੇਰੇ ਫਰੈਂਡ ਨੇ ਹੁਣ ਇੱਕ ਦੋ ਨੇ ਉਧਰ ਮਿਲਣਾ ਉਹਨਾਂ ਨੂੰ ਆਪਾਂ ਆਹ ਚੀਜ਼ ਆ ਬਾਕੀ ਸਭ ਵਧੀਆ ਉਹ ਦੇਖੋ ਪੱਗ ਵੀ ਆ ਗਿਆ ਨਿਕਲ ਗਏ ਤੇ ਹੁਣ ਆਪਾਂ ਆ ਗਏ ਆ ਬ੍ਰੇਕਫਾਸਟ ਕਰਨ ਬ੍ਰੇਕਫਾਸਟ ਕਿਤੇ ਦੇ 1:30 ਵਜੇ ਵਾਹ 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 ਆ ਚੀਜ਼ ਲੰਚ ਬਰੰਚ ਸਾਰਾ ਕੁਝ ਵਿੱਚ ਹੀ ਹੈ ਇਹਦੇ ਮੈਨੂੰ ਲੱਗਦਾ ਬਰੰਚ ਤੇ ਬਾਕੀ ਕਿੱਥੇ ਕਿ ਸੀਗਾ ਯਾਰ ਹਾਂ ਉਹ ਦੇਖ ਬੜਾ ਸਹੀ ਸੀ ਯਾਰ ਇਹ ਸਵਾਦ ਬਹੁਤ ਆ ਇੱਥੇ ਵੀ ਇੱਥੋਂ ਹੀ ਖਾਦਾ ਨਾ ਬਜਨੇ ਲਿਆ ਜਾ ਚਲੋ ਠੀਕ ਹੈ ਉੱਤਰ ਗੱਡੀ ਲਾਉਣੀ ਉਸ ਨੇ ਆ ਚਲਦੀ ਆ ਕਿੱਦਾਂ ਵੀ ਕਾਲੇ ਵਾਲ ਜੀ ਆ ਚੀਜ਼ ਤੇ ਆਪਾਂ ਹੁਣ ਕੁਲਚੇ ਕੁਲਚੇ ਖਾ ਕੇ ਸਵਾਦ ਸੀ ਅੱਜ ਹੈ ਅੱਜ ਬਹੁਤ ਟੇਸਟੀ ਸੀ ਹਨਾ ਮੈਨੂੰ ਵੀ ਸਵਾਦ ਲੱਗੇ ਅੱਜ ਕਿੰਨੇ ਨੰਬਰ ਦੇਣਾ ਦੱਸਾ ਜੋ ਦੱਸਾ ਨਹੀਂ ਪੈਨੇ ਨੰਬਰ 10 ਚੱਲ ਠੀਕ ਆ ਤੇ ਆਹ ਹੁਣ ਗੱਡੀ ਚੱਲੀ ਹੈ ਕਿੱਧਰ ਨੂੰ ਜਾਣ ਤੁਸੀਂ ਮਾਡਲ ਟਾਊਨ ਇਹ ਉਧਰ ਚੱਲੀ ਆ ਆਹ ਪਤਾ ਨਹੀਂ ਕਿੱਥੇ ਚੱਲੀ ਆ ਜੇ ਇਹ ਮੋੜ ਜਾ ਕੇ ਪਤਾ ਲੱਗੂ ਕਿੱਧਰ ਨੂੰ ਮੁੜਦੀ ਆ ਠੀਕ ਆ ਬਾਏ ਬਾਏ ਤੇ ਚੰਗਾ ਜੀ ਆਪਣਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ ਹੁਣ ਤੇ ਉਹਨਾਂ ਨੂੰ ਮਿਲਦੇ ਆ ਆਪਾਂ ਅਗਲੇ ਵਲੌਗ ਦੇ ਵਿੱਚ ਇੱਥੋਂ ਹੁਣ ਵਲੌਗ ਦੁਬਾਰਾ ਸਟਾਰਟ ਹੋਊਗਾ ਜਿਹੜਾ ਜਾਣੇ ਵਾਲਾ ਤੇ ਇੱਧਰ ਉੱਧਰ ਨੂੰ ਜਾਣੇ ਵਾਲਾ ਚੰਗਾ ਜੀ ਬਾਏ ਬਾਏ